ਬੀਵੀ ਬਣਾਉਣ ਚੱਲੇ ਹਾਂ। ਅੱਜ ਤਰੀਕ ਹੈਗੀ ਆ 27, 27 ਤਰੀਕ ਨੂੰ ਅਸੀਂ ਝੋਨਾ ਬਣਾਉਣ ਚੱਲੇ ਹਾਂ 26 ਦਾ। ਇਹ ਮਿਹਨਤ ਪਰ ਅਸੀਂ ਝੋਨਾ ਬਣਾਉਣਾ ਆ ਅਤੇ ਉੱਥੇ 3 ਖੇਤ ਸੀਗੇ ਬਣਾਉਣ ਨੂੰ, ਪਰ 2 ਖੇਤਾਂ 'ਚ ਪਾਣੀ ਖੜ੍ਹਾ ਆ ਮੀਂਹ ਦੇ ਕਾਰਨ। 1 ਖੇਤ ਉਹ ਰੇਤੇ ਵਾਲਾ ਸੀਗਾ, ਉਹ ਛੇਤੀ ਸੁੱਕ ਗਿਆ, ਉਹਨੂੰ ਵਢਾ ਕੇ ਅਸੀਂ ਉੱਥੇ ਮਟਰ ਲਾਵਾਂਗੇ। ਫਿਰ ਵੀਡੀਓ ਵਿੱਚ ਨਾਲ ਸਾਡੇ ਬਣੇ ਰਹੇ, ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਕਿੰਨਾ ਰੇਟ ਲੱਗਦਾ ਝੋਨੇ ਦਾ ਅਤੇ ਕਿੰਨਾ ਕੁ ਟਾਈਮ ਲਾ, ਕਿਹੜੀ ਕੰਪੈਨ ਆਈ ਬਟ ਸਾਰਾ ਤੁਹਾਨੂੰ ਦਿਖਾਵਾਂਗੇ। ਅਸੀਂ ਦੇਖ ਸਕਦੇ ਹਾਂ ਅਸੀਂ ਮੋਟਰ 'ਤੇ ਆ ਗਏ ਹਾਂ, ਅਸੀਂ ਆਪਣੀ ਆਲੇ ਖੇਤ ਵੱਢਣੇ ਹੁਣ। ਜੋ ਵਾਲੇ ਆਲੇ ਖੇਤਾਂ 'ਚ ਕੰਪੈਨ ਵੱਢ ਗਈ ਤਾਂ ਇਹ 1.5 2 ਖੇਤ ਆ ਇੱਧਰ, ਇਹ ਵਢਾ ਦੇਵਾਂਗੇ। ਜੇ ਨਾ ਕੰਪੈਨ ਬਣੀ ਤਾਂ ਇਹ ਵਢਾਉਣੇ ਨਹੀਂ, ਇਹਦੇ ਵਿੱਚ ਕੰਪੈਨ ਵੱਢ ਜਾਣੀ ਹੈ। ਇਹ ਤੁਸੀਂ ਦੇਖ ਸਕਦੇ ਹਾਂ ਕਿ ਝੋਨਾ ਸਾਰਾ ਹੀ ਪੱਕ ਗਿਆ, ਸਾਰਾ ਹੀ ਇਹਦਾ ਸਾਰਾ ਬੀਵੀ ਦੂਆ ਸਹੀ ਆ। ਇਹ ਝੋਨਾ ਵਢਾਉਣਾ ਸੀ, ਇਹ ਪੂਰਾ ਖੇਤ ਆ ਸਾਡਾ, ਉਹ ਟਰੈਕਟਰ ਖੜ੍ਹਾ ਸਾਡਾ ਅਤੇ ਇੱਧਰ 3 ਖੇਤ ਹੈ ਟੋਟਲ, ਅਤੇ ਥੱਲੇ ਵੀ ਖੇਤ ਹੈਗੇ 4, ਉਹ ਵੀ ਬਾਅਦ 'ਚ ਬਣਾਵਾਂਗੇ। ਇੱਥੇ ਮਟਰ ਲਾਉਣੇ ਆ ਅਸੀਂ, ਤੁਸੀਂ ਦੇਖ ਸਕਦੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਕੰਪੈਨ ਆ ਗਈ ਆ, ਪਰ ਬਹੁਤ ਲੇਟ ਆਈ ਆ, ਘੰਟਾ ਹੋ ਗਿਆ ਸਾਨੂੰ ਇੱਥੇ ਖੜ੍ਹਿਆਂ ਨੂੰ। ਹੁਣ ਝੋਨਾ ਵੱਢ ਹੋਣ ਲੱਗਾ ਸਾਡਾ, ਪਹਿਲਾ ਹੀ ਦਿਨ ਇਹਦੇ ਕੰਪੈਨ ਦਾ, ਅੱਜ ਸਾਡੇ ਹੀ ਲੱਗਾ ਪਹਿਲਾ ਦਿਨ, ਪਹਿਲੇ ਦਿਨ ਇਹ ਵੱਢ ਹੋਣ ਲੱਗਾ ਸਾਡੇ। ਵੱਢ ਹੋਣ ਲੱਗ ਪਿਆ ਝੋਨਾ, ਇਹ 1.5 ਖੇਤ ਵਢਾ ਲਿਆ ਅਸੀਂ, ਹਜੇ ਵੱਢਦੇ ਆ, ਉਹ ਰਹਿੰਦਾ ਆ, 1 ਬੁੱਗਾ ਹੋ ਗਿਆ 2 ਗੇੜੇ। ਕੰਪੈਨ ਵਾਲੇ ਬੰਦੇ ਆਹ ਆ, ਕੰਪੈਨ ਦੇਖ ਲਓ ਤੁਸੀਂ, ਸਾਫ ਆ ਵਧੀਆ, ਝੋਨਾ ਵੱਢਦੀ ਆ, ਝੋਨਾ ਵੀ ਸਾਫ ਵੱਢਦੀ ਕੰਪੈਨ। ਤੁਸੀਂ ਦੇਖ ਸਕਦੇ ਝੋਨਾ ਸਾਫ ਹੀ ਆ ਸਾਰਾ, ਐਨ ਵਧੀਆ ਵੱਢਦੀ ਕੰਬਾਈਨ, ਕੋਈ ਦਾਣਾ ਨਹੀਂ ਤੋੜਦੀ। ਕੰਬਾਈਨ ਵੱਢਣ ਵਾਲਾ ਭਾਈ ਆ ਆਇਆ, 1 ਬੁੱਗਾ ਹੋ ਗਿਆ, ਆਹ ਹਜੇ 1 ਗੇੜਾ ਲੱਗਾ ਸਾਈਡ ਤੇ, ਆ ਰਹਿੰਦਾ ਤੇ ਆ ਰਹਿੰਦਾ, ਦੇਖਦੇ ਆ ਹੁਣ ਕਿੰਨਾ ਕੁ ਝਾੜ ਨਿਕਲਦਾ ਇਹਦਾ। ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਆਹੜਾ ਕੈਰਾ ਵੱਢ ਹੋ ਗਿਆ, ਇਹਦੇ ਵਿੱਚੋਂ 1.5 ਬੁੱਗਾ ਹੋਇਆ ਤੇ ਹੁਣ ਆਹਲੇ ਕੈਰੇ ਨੂੰ ਵੱਢਦੇ ਆ। ਇੱਥੇ ਪਰਾਲੀ ਅਸੀਂ ਇਕੱਠੀ ਕਰਕੇ ਇੱਥੇ ਖੇਤ ਤਿਆਰ ਕਰਕੇ ਮਟਰ ਲਾ ਦੇਣੇ ਆ ਜਲਦੀ ਤੋਂ ਜਲਦੀ। ਦੇਖ ਸਕਦੇ ਸਾਡਾ 4 ਝੋਨਾ ਵੱਢ ਹੋ ਗਿਆ, ਬਸ ਆਈ ਲੈਣ 'ਚ ਹੀ ਰਹਿ ਗਈ, ਵਿਹਲੇ ਹੋ ਗਏ। ਸਾਨੂੰ ਬਾਕੀ ਦੀ ਵੀਡੀਓ ਮੰਡੀ ਵਿੱਚ ਜਾ ਕੇ ਦਿਖਾਵਾਂਗੇ ਕਿ ਕਿੰਨਾ ਰੇਟ ਲੱਗਿਆ।
ਕੱਟ ਹੋ ਗਿਆ ਰੈਡੀ ਆ ਫਿਰ ਨਹੀਂ ਹੁਣ ਜਾਣ ਲੱਗ ਪਏ ਪਿੰਡ ਨੂੰ ਇਹ ਪਿੰਡ ਹੈਗਾ ਮਹਿਤਪੁਰ ਇੱਥੇ ਠੇਕੇ ਲਈ ਹੋ ਜ਼ਮੀਨ ਮੈਂ ਹੈਗਾ ਦੋਤਬਰ ਦਾ ਮੇਰਾ ਪਿੰਡ ਦੋਤਬਰ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਝੋਨਾ ਵਢਾਉਣ ਦੇ ਬਾਅਦ 'ਚੋਂ ਖੇਤ ਵਿੱਚ ਗਿੱਲ ਥੋੜ੍ਹੀ ਸੀਗੀ ਇਸ ਕਰਕੇ ਅਸੀਂ ਮਗਰੇ ਤਿਆਰ ਕਰ ਦਿੱਤੇ ਖੇਤ ਪਰਾਲੀ ਅਸੀਂ ਉਹ ਨਾਲ ਨਾਲ ਵੱਟ ਦੇ ਨਾਲ ਲਾਤੀ ਆ ਅਤੇ ਹੁਣ ਅਸੀਂ ਵਾਹਣ ਲੱਗ ਪਏ ਹਾਂ ਉਹ ਲੈ ਆਉਂਦਾ ਸੀ ਟਰੈਕਟਰ ਤੁਹਾਨੂੰ ਦੀਂਦਾ ਨਹੀਂ ਹੋਣਾ ਆਹ ਟਰੈਕਟਰ ਖੜ੍ਹਾ ਆ ਆਹ ਵਾਲਾ ਇਹਦੇ ਮਗਰ ਰੂਟਾਵੀਟਰ ਆ ਤਵੀਆਂ ਫੇਰ ਕੇ ਰੂਟਾਵੀਟਰ ਫੇਰ ਕੇ ਇਹ ਰੇਤਲੀ ਜ਼ਮੀਨ ਹੈ ਥੋੜ੍ਹੀ ਜਿਹੀ ਇਸ ਕਰਕੇ ਇਹਦੇ ਵਿੱਚ ਥੋ ਇੱਕੇ ਵਾਰੀ ਰੂਟਾਵੀਟਰ ਅਤੇ ਤਵੀਆਂ ਫੇਰਨ ਦੀ ਲੋੜ ਪੈਂਦੀ ਆ ਬਹੁਤੀ ਲੋੜ ਨਹੀਂ ਪੈਂਦੀ ਇਹਦੇ ਵਿੱਚ ਫਾਲਿਆਂ ਫੁਲਿਆਂ ਫੇਰਨ ਦੀ ਹੁਣ ਮੈਂ ਜਾ ਕੇ ਮਟਰਾਂ ਵਾਲੀ ਮਸ਼ੀਨ ਲੈਣੀ ਨਾਲ ਦੀ ਨਾਲ ਅਸੀਂ ਮਟਰ ਬੀਜ ਦੇਣੇ ਅਤੇ ਸਵੇਰ ਨੂੰ ਜਾ ਕੇ ਅਸੀਂ ਝੋਨਾ ਵੇਚ ਜਾਣਾ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਝੋਨਾ ਕਿੰਨੇ ਰੁਪਏ ਰੇਟ ਲੱਗਦਾ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹਾਂ ਅਸੀਂ ਮਟਰ ਬੀਜਣ ਲੱਗ ਪਏ ਹਾਂ ਫਾਲੇ ਅਤੇ ਉੱਧਰ ਰੂਟਾਵੀਟਰ ਨਾਲ ਬਾਹਰ ਹੋ ਰਿਹਾ ਆਹ ਮਟਰਾਂ ਨਾਲ ਬੀਜ ਹੋ ਰਿਹਾ ਲਾਈਟ ਬਹੁਤ ਆ ਟਰੈਕਟਰ ਦੀ ਲਾਈਟਾਂ ਇਹਦੀ ਬਹੁਤ ਲਾਈਆਂ ਵਾ ਇਸ ਲਈ ਦਿਨ ਵਾਂਗੂ ਹੀ ਆ ਸਾਰਾ ਮਟਰ ਤੁਸੀਂ ਬੀਜ ਆਉਂਦੇ ਦੇਖ ਸਕਦੇ ਆ ਭਿੰਦਰੇ ਨਾਲੇ ਬੀਜ ਰਹੇ ਆ ਪਰ ਆਹੋ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਮਟਰ ਬੀਜ ਰਹੇ ਹਾਂ ਰੇਤਾ ਰੇਤੇ ਦੇ ਨਾਲ ਬਹੁਤ ਜ਼ਿਆਦਾ ਰੇਤਾ ਫਸ ਰਿਹਾ ਵਿੱਚ ਕੋਰਾਂ ਦੇ ਕੋਰ ਬਹੁਤ ਜ਼ਿਆਦਾ ਦੇਖਣੇ ਪੈ ਰਹੇ ਆ ਨਾਲ ਦੀ ਨਾਲ ਅਸੀਂ ਰੂਟਾਵੀਟਰ ਮਾਰੀ ਜਾਂਦੇ ਰੂਟਾਵੀਟਰ ਨਾਲ ਥੋੜ੍ਹਾ ਜਿਹਾ ਸੈੱਟ ਹੋਇਆ ਕੰਮ ਇਹ ਖੇਤ 'ਚ ਝੋਨਾ ਹੋਇਆ ਨਹੀਂ ਸੀਗਾ ਰੇਤੇ ਕਾਰਨ ਤਾਂ ਕਰਕੇ ਅਸੀਂ ਰੂਟਾਵੀਟਰ ਮਾਰਿਆ ਸੀਗਾ ਪਰ ਸਾਨੂੰ ਰੂਟਾਵੀਟਰ ਹੁਣ ਮਾਰਨਾ ਪਿਆ ਕਿਉਂਕਿ ਬਹੁਤ ਜ਼ਿਆਦਾ ਕੋਰਾਂ ਵਿੱਚ ਬੀਜ ਫਸ ਰਿਹਾ ਸੀਗਾ ਇਸ ਕਰਕੇ ਅਸੀਂ ਹੁਣ ਰੂਟਾਵੀਟਰ ਮਾਰਿਆ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਬੀਜ ਹੋ ਰਿਹਾ ਸਾਡਾ ਮਟਰ ਹਨੇਰਾ ਪੂਰਾ ਆ ਘਰੇ ਲਿਆਂਦਾ ਸੀ ਉੱਥੇ ਅਸੀਂ ਝੋਨਾ ਮੰਡੀ ਵਿੱਚ ਸੁਕਾਉਣ ਨੂੰ ਸੁੱਟੇ ਆਉਂਦਾ ਹੈ ਤੁਹਾਨੂੰ ਸ਼ਾਮ ਨੂੰ ਜਾ ਕੇ ਦਿਖਾਵਾਂਗੇ ਕਿ ਕਿੰਨੇ ਰੁਪਈਏ ਰੇਟ ਲੱਗਾ ਝੋਨੇ ਦਾ ਮੈਂ ਮਾੜਾ ਜਿਹਾ ਕੰਮ ਚੱਲਣਾ ਅਤੇ ਉੱਥੇ ਮਟਰਾਂ ਦੇ ਵਿੱਚ ਵੀ ਪਾਣੀ ਲਾ ਰਹੇ ਹਾਂ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਸ਼ਾਮ ਨੂੰ ਜਾ ਕੇ ਨੈਕਸਟ ਪਾਰਟ ਵਿੱਚ ਦਿਖਾਵਾਂਗੇ ਸਾਡਾ ਉੱਧਰ ਖੜ੍ਹਾ ਹੈ ਖੇਤੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਨੂੰ ਕਿੱਦਾਂ ਦੀਆਂ ਵੀਡੀਓ ਪਸੰਦ ਆਉਣੀਆਂ ਕਿੱਦਾਂ ਦੀਆਂ ਵੀਡੀਓ ਲਿਆਈਆਂ ਜਾਵੇ ਜਿੱਦਾਂ ਤੁਸੀਂ ਕਮੈਂਟ ਕਰ ਅਸੀਂ ਉੱਦਾਂ ਦੀਆਂ ਵੀਡੀਓ ਬਣਾਵਾਂਗੇ ਖੇਤੀਬਾੜੀ ਦੇ ਰਿਲੇਟਡ ਜਿਹੜੀਆਂ ਵੀਡੀਓ ਸਾਨੂੰ ਜ਼ਿਆਦਾ ਪਸੰਦ ਆਉਂਗੀਆਂ ਉਸ ਦੇ ਰਿਲੇਟਡ ਸਾਨੂੰ ਵੀਡੀਓ ਬਣਾਵਾਂਗੇ ਸਾਰੀਆਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਆਹ ਵੀ ਸਾਡਾ ਘਰ ਆ ਆਹ ਜਿਹੜਾ ਮੋਟਰ ਤਿਆਰ ਕੀਤਾ ਸੀਗਾ ਉਹ ਆ ਤੁਹਾਨੂੰ ਪਹਿਲਾਂ ਦੀਆਂ ਵੀਡੀਓ ਦਿਖਾਇਆ ਸੀਗਾ ਮੋਟਰ ਤਿਆਰ ਕੀਤਾ ਵਾ